ਅਸਲਾਮ ਵਾਲੇਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ 'ਤੇ ਜੀ ਹੈ ਮੇਰਾ ਪਾਕਿਸਤਾਨ ਐਂਡ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਖੋਰੇ 747 ਦੇ। ਇਹ ਜਿਹੜੀ ਸੁਰਖ ਜਿਹਾ ਤੁਹਾਨੂੰ ਕਮਰਾ ਨਜ਼ਰ ਆ ਰਿਹਾ, ਇਹ ਸਕੂਲ ਹੈ, ਪ੍ਰਾਇਮਰੀ ਸਕੂਲ ਹਰਿਆਲ, ਠੀਕ ਹੈ ਜੀ। ਇਹ ਉਹ ਤਾਰੀਖੀ ਸਕੂਲ ਹੈ। ਇਹ ਸਾਰੀ ਜ਼ਮੀਨ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਮਾਸਟਰ ਤਾਰਾ ਸਿੰਘ ਉਹਨਾਂ ਦੀ ਜ਼ਮੀਨ ਸੀ। ਇਹ ਤੁਹਾਨੂੰ ਜਿੰਨੀ ਵੀ ਨਜ਼ਰ ਆ ਰਹੀ ਹੈ, ਕੁਝ ਲੋਕ ਕਹਿੰਦੇ ਨੇ ਕਿ ਮਾਸਟਰ ਤਾਰਾ ਸਿੰਘ ਬੜਾ ਮਲੂਕੜਾ ਜਿਹਾ ਆਦਮੀ ਸੀ, ਬੜਾ ਗਰੀਬ ਜਿਹਾ ਆਦਮੀ ਸੀ, ਉਹ ਤਾਂ ਸਿੱਧਾ ਸਾਦਾ ਸੀ, ਉਹਨੂੰ ਤਾਂ ਪਤਾ ਹੀ ਕੁਛ ਨਹੀਂ ਸੀ। ਇਹ ਦੇਖੋ, ਇਹ ਉਹਦੇ ਭਾਈ ਗੋਕਲ ਚੰਦ ਦਾ ਸਕੂਲ, ਸਕੂਲ ਦਾ ਸਟਾਰਟ ਇੱਥੋਂ ਲਿਆ ਸੀ। ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੂਸਰਾ ਸਕੂਲ ਦਿਖਾਇਆ, ਜਿਹਦੀ ਦੀਵਾਰ ਦਿਖਾਈ ਹੈ, ਉਹ ਮੇਨ ਸਕੂਲ ਫਿਰ ਖਾਲਸਾ ਸਕੂਲ ਬਾਅਦੋਂ ਕਨ ਹੋ ਗਿਆ। ਔਰ ਮੇਨ ਸਕੂਲ ਇਹਨਾਂ ਦਾ ਗੋਕਲ ਚੰਦ ਦਾ ਜਿਹੜਾ ਸਕੂਲ ਸੀ ਮਾਸਟਰ ਤਾਰਾ ਚੰਦ ਦੇ ਭਾਈ ਦਾ, ਉਹ ਇਹ ਵਾਲਾ ਸਕੂਲ ਸੀ। ਇਹ ਪਿੱਛੇ ਜਿਹੜੀ ਬੋਰਡ ਨਜ਼ਰ ਆ ਰਹੀ ਹੈ, ਇੱਥੇ ਇਹਨਾਂ ਦੀਆਂ ਪਾਣੀ ਦੀ ਬੰਨ ਸੀ। ਇਹ ਇਹਨਾਂ ਦੀਆਂ ਜ਼ਮੀਨਾਂ ਨੇ, ਇਹ ਇਹਨਾਂ ਦੀ ਜ਼ਮੀਨ ਦੇ 'ਚ ਉਹ ਪਹਿਲੇ ਤੁਹਾਨੂੰ ਮੈਂ ਦਿਖਾਇਆ ਉੱਥੇ ਗੁਰਦੁਆਰਾ, ਜਿਹਦੇ ਅੰਦਰ ਹੀ ਮੂਰਤੀ ਸਥਾਨ ਵੀ ਮੌਜੂਦ ਹੈ। ਇਹ ਦੇਖੋ ਤੁਸੀਂ, ਇਹ ਮਾਸਟਰ ਸਾਹਿਬ ਦੀ ਫੈਮਿਲੀ ਦਾ ਮੰਦਿਰ ਹੈ, ਇਹ ਸ਼ਿਵਾਲਾ ਹਰਿਆਲ ਹੈ। ਇਹ ਪ੍ਰਾਈਵੇਟ ਪ੍ਰੋਪਰਟੀ ਹੈ। ਹੁਣ ਇਹ ਆਪਣੀ ਤਰ੍ਹਾਂ ਦਾ ਬਿਲਕੁਲ ਡਿਫਰੈਂਟ ਮੰਦਿਰ ਹੈ। ਸਵਾਲ ਮੇਰਾ ਫਿਰ ਇੱਕ ਵਾਰੀ ਦੁਬਾਰਾ ਉਹੀ ਹੈ ਕਿ ਇਹ ਪ੍ਰੀ ਪਾਰਟੀਸ਼ਨ ਤਕਰੀਬਨ 1946 ਦੇ ਵਿੱਚ ਜਾਂ 45 'ਚ ਬਣਨ ਵਾਲਾ ਮੰਦਿਰ ਹੈ, ਮੁਕੰਮਲ ਤੌਰ 'ਤੇ ਐਕਟਿਵ ਵੀ ਨਹੀਂ ਸੀ, ਅਤੇ 47 ਆ ਗਿਆ। ਉਹ ਸਾਹਮਣੇ ਜਿਹੜੀ ਤੁਹਾਨੂੰ ਇਹ ਜਗ੍ਹਾ ਨਜ਼ਰ ਆ ਰਹੀ ਹੈ, ਇਹ ਇਹ ਦਰਖਤ ਜਿਹੜਾ, ਇਹ ਰੱਖ ਤਾਰਾ ਗੜ੍ਹ ਹੈ। ਇੱਥੇ ਤੱਕ ਜ਼ਮੀਨ ਜਿਹੜੀ ਸੀ ਮਾਸਟਰ ਤਾਰਾ ਸਿੰਘ ਗੁਰਾਂ ਦੀ ਸੀ। ਮੈਨੂੰ ਕੋਈ ਇਸ ਗੱਲ ਦਾ ਜਵਾਬ ਦੇ, ਜਿਹੜਾ ਕਿਹਾ ਜਾਂਦਾ ਕਿ ਇੰਨਾ ਮਲੂਕੜਾ ਆਦਮੀ ਹੈ ਔਰ ਇੰਨਾ ਇਹ ਮਾੜਾ ਆਦਮੀ ਸੀ, ਇਹ ਇਹ ਸਾਰਾ ਇੰਨਾ ਪੈਸਾ ਕਿੱਥੋਂ ਆਇਆ, ਇੰਨੀ ਜ਼ਮੀਨ ਕਿੱਥੋਂ ਸੀ? ਇੱਥੋਂ ਲੈ ਕੇ ਕਮ ਅਜ਼ ਕਮ ਉਸ ਜਗ੍ਹਾ ਤੱਕ ਜਾਣ ਤੱਕ 500 ਕਨਾਲ ਜ਼ਮੀਨ ਚਾਹੀਦੀ ਹੈ। 500 ਕਨਾਲ ਜਾ ਕੇ ਫਿਰ ਉਸ ਦਰਖਤ ਤੱਕ ਜਾ ਕੇ ਟੱਚ ਹੁੰਦੀ ਹੈ। ਮੈਂ ਪੂਰੇ ਵਸੋਕ ਨਾਲ ਕਹਿ ਰਿਹਾ ਵਾਂ, ਮੈਂ ਪਹਿਲੇ ਤਾਂ ਮੈਂ ਗੱਲ ਕਰਦਾ ਸੀ ਕਿਸੇ ਦੀ ਰਿਸਰਚ ਦੇ ਉੱਤੇ ਜਾਂ ਮੈਂ ਕੋਈ ਕਿਸੇ ਦੇ ਆਰਟੀਕਲਸ ਵਗੈਰਾ 'ਤੇ ਦੇਖ ਕੇ, ਅਤੇ ਦੇਖੋ ਜਦੋਂ ਬੰਦਾ ਸਿੱਖਦਾ ਤਾਂ ਉਸ ਵੇਲੇ ਉਹ ਆਰਟੀਕਲ ਪੜ੍ਹਦਾ ਵੀ ਹੈ, ਆਰਟੀਕਲ ਕਾਪੀ ਵੀ ਕਰਦਾ ਪੜ੍ਹਨ ਔਰ ਲਿਖਣ ਵਾਸਤੇ। ਉਹਦਾ ਮਕਸਦ ਇਹ ਨਹੀਂ ਹੁੰਦਾ ਕਿ ਉਸ ਬੰਦੇ ਨੂੰ ਤੁਸੀਂ ਕਿਹਾ ਜਾਏ ਕਿ ਤੁਸੀਂ ਕਾਪੀ ਪੇਸਟਿੰਗ ਕਰਦੇ ਹੋ। ਬੜੀ ਦੁਨੀਆ ਨੇ ਨਵੇਂ ਨਵੇਂ ਗਰੁੱਪ ਬਣਾਏ ਨੇ, ਪੁਰਾਣੇ ਗਰੁੱਪ ਬਣਾਏ ਨੇ, ਉਹਦੇ 'ਚ ਬੈਠ ਕੇ ਕਾਪੀ ਪੇਸਟਿੰਗ ਕਰਦੇ ਨੇ ਔਰ ਹਜ਼ਾਰਾਂ ਦੀ ਤਾਦਾਦ ਨੂੰ ਲੋਕਾਂ ਨੂੰ ਪਿੱਛੇ ਲਾਇਆ ਹੋਇਆ ਉਹਨਾਂ ਨੇ। ਘਰੋਂ ਬਾਹਰ ਨਿਕਲੋ, ਰਿਸਰਚ ਕਰੋ, ਠੀਕ ਹੈ, ਔਰ ਪੂਰੇ ਪੂਰੇ ਦਿਨ ਜ਼ਾਇਆ ਕਰੋ, ਫਿਰ ਜਾ ਕੇ ਕਿਤੇ ਇਹ ਚੀਜ਼ਾਂ ਲੱਭਦੀਆਂ ਨੇ। ਔਰ ਸੱਚ ਸੱਚ ਹੁੰਦਾ, ਉਹਨੂੰ ਕੋਈ ਟਾਲ ਨਹੀਂ ਸਕਦਾ। ਅੱਜ ਮੇਰਾ ਇਹ ਕੁਐਸਚਨ ਹੈ ਤਮਾਮ ਸੰਗਤ ਕੋਲੋਂ, ਮੈਨੂੰ ਸਾਰੀ ਸੰਗਤ ਦਾ ਜਵਾਬ ਦੇ ਕਿ ਮਾਸਟਰ ਤਾਰਾ ਸਿੰਘ ਕੋਲ ਇੰਨਾ ਪੈਸਾ ਕਿੱਥੋਂ ਆਇਆ ਸੀ, ਇੱਕ ਚੀਜ਼। ਦੂਸਰਾ, ਮਲੂਕੜਾ ਆਦਮੀ ਸੀ, ਬਹੁਤ ਗਰੀਬ ਆਦਮੀ ਸੀ, ਇਹ ਸਾਦਾ ਆਦਮੀ ਸੀ ਜੀ, ਗੱਲਾਂ ਦੇ ਵਿੱਚ ਆ ਗਿਆ। ਕਿਹੜੀਆਂ ਗੱਲਾਂ ਵਿੱਚ ਆਇਆ, ਕਿਹੜੀ ਸਾਦਗੀ ਸੀ, ਕਿਸ ਤਰ੍ਹਾਂ ਦੀ ਸਾਦਗੀ ਸੀ, ਮੈਨੂੰ ਦੱਸਿਆ ਜਾਏ ਜ਼ਰਾ। ਇਹ ਮੈਂ ਤੁਹਾਨੂੰ ਜ਼ਮੀਨ ਦਿਖਾ ਦਿੱਤੀ ਹੈ, ਨਹੀਂ ਇਹਦਾ ਮੈਨੂੰ ਦੱਸਣ, ਲੋਕ ਦੱਸਣ ਕਿ ਵੀ ਇਹ ਕਿਉਂ ਸੀ, ਇੰਨੀ ਜ਼ਮੀਨ ਕਿੱਥੋਂ ਆਈ ਹੈ, ਇਹ ਆਖਿਰ ਜਦੋਂ ਸਿੱਖ ਸਨ ਤਾਂ ਉਹਨਾਂ ਦੀ ਜ਼ਮੀਨ ਦੇ 'ਚ ਮੰਦਰ ਕਿੱਥੋਂ ਹੈ? ਅਗਰ ਸਿੱਖ ਧਰਮ ਅਪਣਾਇਆ ਫਿਰ ਤਾਂ ਗੁਰਦੁਆਰਾ ਹੋਣਾ ਚਾਹੀਦਾ ਨਾ। ਉਹ ਟਿੱਲਾ ਜਿਹੜਾ ਨਜ਼ਰ ਆ ਰਿਹਾ ਪਿੱਛੇ, ਇਹ ਸ਼ਮਸ਼ਾਨ ਘਾਟ ਸੀ, ਬੜਾ ਪਿਆਰਾ। 4 ਸਟੈਪ ਦੇ ਵਿੱਚ ਘੜ ਕੇ ਜ਼ਮੀਨ ਨੂੰ, ਟਿੱਲੇ ਨੂੰ ਇਹਦੇ ਉੱਤੇ ਜਾ ਕੇ ਜਿਹੜਾ ਸੀ ਉਹ ਡੈੱਡ ਬਾਡੀਜ਼ ਨੂੰ ਜਲਾਇਆ ਜਾਂਦਾ ਸੀ। ਮੈਂ ਅੱਜ ਤੁਹਾਨੂੰ ਲੈ ਕੇ ਆਇਆ ਵਾਂ ਹਰਨਾਲ ਔਰ ਹਰਿਆਲ, ਮਾਸਟਰ ਤਾਰਾ ਸਿੰਘ ਦੇ ਜਿਹੜੇ ਅਬਾਈ ਪਿੰਡ ਸਨ, ਜਿੱਥੋਂ ਇਹਨਾਂ ਨੇ ਤਹਿਰੀਕਾਂ ਦਾ ਆਗਾਜ਼ ਕੀਤਾ। ਔਰ ਜੋ ਵੀ ਸਹੀ ਜਾਂ ਗਲਤ ਫੈਸਲੇ ਲਏ, ਇਹਦਾ ਜਿਹੜਾ ਜਵਾਬ ਹੈ ਉਹ ਮੈਨੂੰ
ਸਿੱਖ ਸੰਗਤ ਦੇਵੇ ਕਿ ਇਹ ਜਿਹੜੇ ਉਹਨਾਂ ਦੇ ਫੈਸਲੇ ਸਨ ਉਹਦੇ ਨਾਲ ਫਾਇਦਾ ਪਹੁੰਚਿਆ ਜਾਂ ਨੁਕਸਾਨ ਪਹੁੰਚਿਆ। ਮੈਂ ਸਕੂਲ ਦਾ ਗੇਟ ਤੁਹਾਨੂੰ ਦਿਖਾਉਂਦਾ ਚੱਲਣਾ ਵਾਂ। ਓ ਮੇਰੇ ਦੋਸਤ, ਇਹ ਦੇਖੋ ਇਹ ਅੱਗੇ ਦੀਵਾਰ ਨਜ਼ਰ ਆ ਰਹੀ ਹੈ, ਥੋੜ੍ਹਾ ਨਾਸ਼ਤਾ ਚਲਾ ਗਿਆ। ਇਹ ਜਿਹੜੀ ਦੀਵਾਰ ਨਜ਼ਰ ਆ ਰਹੀ ਹੈ ਇਹ ਉਹ ਸਕੂਲ ਹੈ, ਪ੍ਰਾਇਮਰੀ ਸਕੂਲ ਹੈ ਜਿੱਥੋਂ ਮਾਸਟਰ ਤਾਰਾ ਸਿੰਘ ਨੇ ਪੜ੍ਹਾਉਣਾ ਸ਼ੁਰੂ ਕੀਤਾ ਸੀ। ਠੀਕ ਹੈ ਜੀ, ਇਹ ਪ੍ਰਾਇਮਰੀ ਸਕੂਲ ਹਰਿਆਲ ਹੈ, ਇਹ ਉਹੀ ਚੱਲ ਰਿਹਾ। ਇਹ ਪ੍ਰਾਇਮਰੀ ਸਕੂਲ ਜਿਹੜਾ ਹੈ ਇਹ ਇਹਨਾਂ ਦੀ ਆਪਣੀ ਪ੍ਰੋਪਰਟੀ ਸੀ। ਇਹ ਐਂਟਰੈਂਸ ਹੈ ਗੌਰਮੈਂਟ ਪ੍ਰਾਇਮਰੀ ਬੋਆਇਜ਼ ਪ੍ਰਾਇਮਰੀ ਸਕੂਲ ਹਰਿਆਲ। ਇਸ ਤੋਂ ਬਾਅਦ ਜਿਹੜਾ ਸੀ ਸੰਗਤ ਨੇ ਇਹਨਾਂ ਨੂੰ ਸਕੂਲ ਬਣਾ ਕੇ ਦਿੱਤਾ ਖਾਲਸਾ ਹਾਈ ਸਕੂਲ, ਉਹ ਮੈਂ ਤੁਹਾਨੂੰ ਅੱਗੇ ਰਸਤੇ 'ਚ ਜਾਂਦੇ ਹੋਏ ਦਿਖਾਵਾਂਗਾ। ਉਹ ਹਾਈ ਹੈ, ਇਹ ਪ੍ਰਾਇਮਰੀ ਹੈ, ਅਸਲ ਵਿੱਚ ਜਿਹੜਾ ਸੀ ਉਹ ਇਹ ਸਕੂਲ ਸੀ। ਇਹ ਪਾਣੀ ਦੀ ਜਿਹੜੀ ਬੰਨ ਹੈ ਇਹ ਬਹੁਤ ਵੱਡੀ ਬੰਨ ਸੀ, ਹੁਣ ਚਾਰ ਹਿੱਸਿਆਂ 'ਚ ਤਕਸੀਮ ਹੋ ਗਈ ਹੈ ਬੰਨ, ਅਤੇ ਇਹ ਇੱਥੋਂ ਕੱਚਾ ਰਸਤਾ ਜਾਂਦਾ ਸੀ ਕਦੀ। ਇਹ ਇਹਨਾਂ ਦੀ ਮਤਲਬ ਕਿ ਜ਼ਮੀਨ ਦੇ ਵਿੱਚ ਬੰਨਾਂ ਆਉਂਦੀਆਂ ਨੇ, ਦੋ ਤਿੰਨ ਜਿਹੜੀਆਂ ਆਉਂਦੀਆਂ ਨੇ, ਹੁਣ ਤਾਂ ਛੋਟੀਆਂ ਹੋ ਗਈਆਂ ਨੇ, ਪਹਿਲੇ ਇੱਕ ਹੀ ਬੰਨ ਸੀ ਹੈ। ਅਤੇ ਮੈਂ ਤੁਹਾਨੂੰ ਦਿਖਾ ਰਿਹਾ ਹਰਿਆਲ ਔਰ ਜਿਹੜੀ ਕਿ ਰਿਐਲਿਟੀ ਜਿਹੜੀ ਸੀ ਮਾਸਟਰ ਤਾਰਾ ਸਿੰਘ ਜੀ ਦੀ, ਉਹ ਮੈਂ ਤੁਹਾਨੂੰ ਮੈਂ ਡਿਸਕ੍ਰਾਈਬ ਕਰ ਰਿਹਾ ਵਾਂ ਕਿ ਮੈਨੂੰ ਉਸ ਚੀਜ਼ ਦਾ ਜਵਾਬ ਚਾਹੀਦਾ ਹੈ ਕਿ ਆਖਰ ਮਾਸਟਰ ਤਾਰਾ ਸਿੰਘ ਅਗਰ ਸਿੱਖੀ ਕਬੂਲ ਕਰ ਲਈ ਸੀ ਜਾਂ ਸਿੱਖੀ ਵਿੱਚ ਆ ਗਏ ਸਨ, ਅਤੇ ਉਹਨਾਂ ਨੇ ਫਿਰ ਇਹ ਸਾਰਾ ਕੁਛ ਸਕੂਲ ਦੇ ਅੰਦਰ ਵੀ ਮੰਦਰ ਹੈ, ਆਪਣੀ ਜੂਨ ਦੇ ਅੰਦਰ ਵੀ ਮੰਦਰ ਹੈ, ਔਰ ਜਿਹੜਾ ਇਹਨਾਂ ਨੇ ਗੁਰਦੁਆਰਾ ਬਣਾਇਆ ਉਸ ਦੇ ਅੰਦਰ ਵੀ ਇੱਕ ਮੂਰਤੀ ਸਥਾਨ ਰੱਖਿਆ, ਕਿਉਂ? ਮੈਨੂੰ ਸੰਗਤ ਕੋਲੋਂ ਜਵਾਬ ਚਾਹੀਦਾ, ਮਾਜ਼ਰਤ ਦੇ ਨਾਲ ਕੋਈ ਬੰਦਾ ਨਾਰਾਜ਼ਗੀ ਦਾ ਇਜ਼ਹਾਰ ਨਾ ਕਰੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਔਫ ਪਾਕਿਸਤਾਨ।